ਚਾਰ ਤਾਂ ਕਰ ਰਿਹਾ, ਵੇਟ ਕਰ ਰਹੀ ਸੀ ਕਿ ਵਿਆਹ ਜਾਣਾ ਸੌਖਾ ਨਹੀਂ ਆ, ਦੇਖੋ ਰਾਤਾਂ ਨੂੰ ਪ੍ਰੈਸ। ਇਹ ਹੈਗਾ ਬੁਟੀਕ ਆਪਣਾ ਪਿਆਰ ਏਦਾਂ ਹੀ ਦਿੰਦੇ ਰਹੋ ਤੇ ਹੌਸਲਾ ਅਫਜ਼ਾਈ ਕਰਦੇ ਰਹੋ। ਤੇ ਆਪਾਂ ਜਾ ਰਹੇ ਹਾਂ ਅੱਜ ਸੰਗਰੂਰ, ਕਿਉਂਕਿ ਅੱਜ ਜਦੋਂ ਬੱਚਿਆਂ ਨੂੰ ਛੱਡਣ ਗਏ ਨਾ ਸਵੇਰੇ ਗੱਡੀ ਸਟਾਰਟ ਨਹੀਂ ਹੋਈ, ਉਹਨੇ ਕੋਈ ਪ੍ਰੋਬਲਮ ਹੋ ਗਈ ਤੇ ਆਪਾਂ ਗੱਡੀ ਦਿਖਾ ਕੇ ਆਉਣੇ ਆ। ਤੇ ਉਸ ਤੋਂ ਬਾਅਦ ਆਪਾਂ ਜਾਣਾ ਸੁਨਾਮ ਜਸ਼ਨ ਦੇ ਬੁਟੀਕ ਤੇ ਜਾਣਾ, ਕਿਉਂ ਉੱਥੇ ਸੂਟ ਦਿੱਤੇ ਹੋਏ ਨੇ ਜਸ਼ਨ ਨੇ ਤੇ ਖੁਸ਼ਮਨ ਨੇ, ਮੰਮੀ ਦੇ ਤਿੰਨਾਂ ਦੇ ਸੂਟ ਨੇ, ਉਹ ਫੜ ਕੇ ਲਿਆਉਣੇ ਨੇ, ਅੱਜ ਦੀ ਡੇਟ ਸੀ। ਤੇ ਨਾਲੇ ਮੈਂ ਕਿਹਾ ਆਪਾਂ ਗੱਡੀ ਦਿਖਾ ਆਵਾਂਗੇ। ਤੇ ਹੁਣ ਆਪਾਂ ਚੱਲਦੇ ਹਾਂ, ਮੇਰਾ ਫੋਨ ਘਰ ਹੀ ਰਹਿ ਗਿਆ ਸੀ, ਅਸੀਂ ਚੱਲੇ ਸੀ ਫੋਨ ਲੈ ਕੇ ਆਉਣੇ ਆ। ਪਹੁੰਚ ਗਏ ਸੰਗਰੂਰ ਆਪਾਂ, ਹੁਣ ਆਪਾਂ ਚੱਲਦੇ ਆ ਏਜੰਸੀ ਚ। ਇਹ ਆ ਗਏ ਜੀ ਜੀ ਐਸ ਸਕੂਲ, ਜਨਰਲ ਗੁਰੂ ਨਾਨਕ ਸਿੰਘ ਪਬਲਿਕ ਸਕੂਲ, ਸਮਰਰੀ ਇੱਥੇ ਪੜ੍ਹਦੇ ਆ। ਪਹੁੰਚ ਗਏ ਜੀ ਫੋਰਡ ਦੇ ਵਰਕਸ਼ਾਪ, ਆਪਾਂ ਹੁਣ ਇਹਨੂੰ ਏਜੰਸੀ ਨਹੀਂ ਕਹਿ ਸਕਦੇ ਆਪਾਂ, ਜਿੱਦਾਂ ਰੌਣਕ ਮੇਲਾ ਹੈਗਾ। ਆਪਾਂ ਬੈਠੇ ਆਪਣੀ ਵਾਰੀ ਦੀ ਵੇਟ ਕਰਦੇ ਹਾਂ, ਕਿਉਂਕਿ ਅੱਜ ਦੋ ਤਿੰਨ ਗੱਡੀਆਂ ਹੈਗੀਆਂ ਨੇ। ਉਦੋਂ ਤਾਂ ਇਹਨਾਂ ਨੇ ਨਵਾਂ ਨਵਾਂ ਸ਼ਿਫਟ ਕੀਤਾ ਸੀਗਾ, ਐਂ ਲੱਗਦਾ ਸੀ ਵੀ ਆਉਂਦਾ ਹੀ ਨਹੀਂ ਇਹਨਾਂ ਕੋਲੇ ਤਾਂ ਕੋਈ, ਪਰ ਅੱਜ ਤਾਂ ਹੈਗੀਆਂ ਗੱਡੀਆਂ, ਹੈ ਨਾ। ਚਲੋ ਹੁਣ ਆਪਾਂ ਥੋੜ੍ਹਾ ਟਾਈਮ ਲੱਗੂ ਵੈਸੇ, ਕਰ ਦਿੰਦੇ ਨੇ ਕੀ ਫਾਲਟ ਨਿਕਲਦਾ ਫਿਰ ਦੇਖਦੇ ਹਾਂ, ਹੈ ਨਾ। ਦੇਖੋ ਡਰਾਈਵਰ ਹੈ ਇੱਧਰ, ਇੱਕ ਉਹ ਇੱਧਰ ਗੱਡੀ ਸਰਵਿਸ ਕਰਤੀ ਆਪਣੀ ਖੜੀ ਆ, ਅਤੇ ਕਰੀ ਜਾਂਦੇ ਆ ਕੰਮ। ਲਓ ਜੀ ਸਟਾਰਟ ਕਰੀਏ, ਹੁਣ ਬੋਲਟ ਹੀ ਦੇਖਦੇ ਹਾਂ ਕਹਿੰਦੇ। ਥੱਲੋਂ ਚੈੱਕ ਕਰਦੇ ਨੇ ਹੁਣ, ਅਲਟੀਨੇਟਰ ਤਾਂ ਓਕੇ ਆ, ਅਤੇ ਆਪਾਂ ਪੀ ਰਹੇ ਹਾਂ ਚਾਹ। ਏਜੰਸੀ 'ਚ ਇੱਕ ਗੱਲ ਦੀ ਮੌਜ ਹੈ ਨਾ, ਜੇ ਕੋਈ ਸਮਾਨ ਦਾ ਪਤਾ ਨਾ ਹੋਵੇ ਨਾ ਵੀ ਕਦੋਂ ਪਾਇਆ ਸੀਗਾ, ਅਤੇ ਇੱਥੇ ਸਾਰਾ ਪਤਾ ਲੱਗ ਜਾਂਦਾ, ਕਿਉਂਕਿ ਔਨਲਾਈਨ ਚੜਿਆ ਹੋਇਆ ਸਾਰੀ ਗੱਡੀ ਦਾ ਸਿਸਟਮ ਆਪਣਾ, ਵੀ ਕੀ ਕਦੋਂ ਪਿਆ ਹੋਇਆ, ਕਿੰਨੇ ਚਿਰ ਦਾ। ਅਤੇ ਬੈਟਰੀ ਦੀ ਪ੍ਰੋਬਲਮ ਆਈ ਆ ਥੋੜ੍ਹੀ ਬਹੁਤ, ਅਤੇ ਬਾਕੀ ਹੁਣ ਬੈਲਟ ਦੇਖਦੇ ਨੇ ਉਹ ਕਦੋਂ ਪਈ ਸੀ, ਕਿਉਂ ਆਪਣੇ ਤਾਂ ਯਾਦ ਨਹੀਂ ਰਹਿੰਦਾ ਇੰਨਾ ਕੁਛ, ਅਤੇ ਉਹ ਦੇਖਣ ਗਿਆ ਹੁਣ। ਸਾਰਾ ਰਿਕਾਰਡ ਔਨਲਾਈਨ ਹੁੰਦਾ। ਚੱਲ ਫਿਰ ਜੀ ਆਪਾਂ ਵਾਪਸ, ਕੰਮ ਰੋਂਗ ਸਾਈਡ ਜਾਣਾ ਪੈ ਰਿਹਾ ਆਪਾਂ ਨੂੰ, ਕਿਉਂਕਿ ਇੱਥੇ ਕੱਟ ਨਹੀਂ ਹੈਗਾ ਉੱਥੇ ਹੈ, ਅਤੇ ਇੱਧਰੋਂ ਆਪਣੇ ਫੌਜੀ ਵੀਰ ਜਾ ਰਹੇ ਨੇ। ਚੱਲ ਪਏ ਜੀ ਵਾਪਸ ਆਪਾਂ ਪਿੰਡ ਨੂੰ, ਥੋੜ੍ਹਾ ਬਹੁਤ ਹੋਰ ਬਾਜ਼ਾਰ 'ਚ ਸਮਾਨ ਲੈਣਾ ਸੀ, ਆਪਾਂ ਉਹ ਲੈਣ ਚਲੇ ਗਏ ਸੀ ਉੱਧਰ। ਹਾਂਜੀ ਆਪਾਂ ਪਹੁੰਚ ਗਏ ਘਰਾੜ 'ਤੇ, ਅਤੇ ਇੱਥੇ ਦਿਖਾਉਣੇ ਆ ਬੈਟਰੀ ਆਪਣੀ। ਹਾਂਜੀ ਆਪਾਂ ਬੈਟਰੀ ਚੈੱਕ ਕਰਾਤੀ, ਇਹ ਕਹਿੰਦਾ ਬਿਲਕੁਲ ਸਹੀ ਹੈ, ਹੁਣ ਕੀ ਕਰੀਏ ਆਪਾਂ। ਅਤੇ ਬਾਕੀ ਉੱਧਰੋਂ ਵੀ ਨਹੀਂ ਕੋਈ ਪ੍ਰੋਬਲਮ, ਇੱਕ ਵਾਰੀ ਕਹਿੰਦਾ ਵੀ ਤੁਸੀਂ ਇਹਨੂੰ ਚਾਰਜ ਕਰਾ ਕੇ ਦੇਖ ਲਓ ਵੀ ਸ਼ਾਇਦ ਜੇ ਚੱਲ ਪਈ ਠੀਕ ਹੈ, ਨਹੀਂ ਤਾਂ ਫਿਰ ਚੇਂਜ ਕਰ ਦਾਂਗੇ ਕਹਿੰਦਾ, ਕਿਉਂਕਿ 1220 ਇਹਦੀ ਗ੍ਰੈਵਿਟੀ ਹੁੰਦੀ ਹੈ ਕਹਿੰਦੇ, ਅਤੇ 1200 ਆ ਰਹੀ ਹੈ ਇਹਦੀ, ਕੋਈ ਡਾਊਨ ਵੀ ਨਹੀਂ ਹੈਗੀ ਬੈਟਰੀ। ਬਾਕੀ ਦੇਖਦੇ ਹਾਂ ਹੁਣ ਕੀ ਬਣਦਾ ਕੱਲ ਨੂੰ। ਸੜਕ 'ਤੇ ਨਾ ਇੰਨੇ ਬੰਦੇ ਖੜ੍ਹੇ ਸੀਗੇ ਅਤੇ ਹੱਥ ਦੇ ਰਹੇ ਸੀਗੇ, ਕਹਿੰਦੇ ਗੱਡੀ ਰੋਕੋ, ਅਤੇ ਮੈਂ ਰੋਕ ਲਈ, ਚੱਲ ਦਿਨ ਸੀਗਾ ਜੇ ਰਾਤ ਹੁੰਦੀ ਫਿਰ ਤਾਂ ਨਹੀਂ ਰੋਕਦੇ ਸੀ ਆਪਾਂ, ਅਤੇ ਰੋਕ ਕੇ ਮੈਂ ਪੁੱਛਿਆ ਵੀ ਕੀ ਗੱਲ ਹੈ, ਕਹਿੰਦੇ ਜੀ ਸਾਡੀ ਤੂੜੀ ਵਾਲੀ ਟਰਾਲੀ ਆ ਰਹੀ ਹੈ ਅੱਗੇ, ਗੱਡੀ ਸਾਈਡ 'ਤੇ ਲਾ ਲਓ, ਹਜੇ ਗੱਡੀ
ਟਰਾਲੀ ਇਹਨਾਂ ਦੀ ਬਹੁਤ ਪਿੱਛੇ ਆ ਰਹੀ ਹੈ, ਸਾਰੀਆਂ ਗੱਡੀਆਂ ਸਾਈਡ 'ਤੇ ਲਵਾ ਰਹੀਆਂ ਨੇ। ਦੇਖੋ ਇਹ ਤੰਗ ਕਰਦੇ ਨੇ ਵੀ ਤੁਸੀਂ ਇਹਨਾਂ ਨੂੰ ਟਾਈਮ ਰਾਤ ਦਾ ਦਿੱਤਾ ਹੋਇਆ ਅਤੇ ਰਾਤ ਨੂੰ ਚੱਲੋ, ਹੈ ਨਾ। ਕਿਸੇ ਨੂੰ ਐਮਰਜੈਂਸੀ ਵੀ ਹੁੰਦੀ ਹੈ, ਚਲੋ ਆਪਣੇ ਵਰਗਾ ਟਾਈਮ ਹੈਗਾ ਵੀ ਖੜ੍ਹ ਗਏ, ਹੈ ਨਾ, ਅਤੇ ਚਲੋ ਇਹਨਾਂ ਨੇ ਵੀ ਕੰਮ ਕਰਨਾ, ਪਰ ਇਹ ਵੀ ਉੱਥੇ ਖੜ੍ਹ ਕੇ ਸਾਈਡ ਦੇ ਸਕਦੇ ਨੇ ਜੇ ਕਿਤੇ ਸਾਈਡ ਹੋਵੇ, ਹੈ ਨਾ। ਪਰ ਇਹਨਾਂ ਨੂੰ ਇਹ ਹੁੰਦਾ ਵੀ ਸਾਡੀ ਗੱਡੀ ਨਾ ਰੁਕੇ, ਵੀ ਦੂਜਾ ਖੜ੍ਹ ਜੇ, ਅਤੇ ਹੁਣ ਆਪਾਂ ਕਰ ਰਹੇ ਹਾਂ ਉਹਦੀ ਵੇਟ। ਹਜੇ ਉਹ ਦੇਖੋ ਕਿੰਨੀ ਪਿੱਛੇ ਆ ਰਹੀ ਆ, ਉਹ ਆ ਰਹੀ ਆ ਟਰਾਲੀ, ਹੈ ਨਾ, ਅਤੇ ਕਿੰਨਾ ਟਾਈਮ ਖੜ੍ਹੇ ਨੂੰ ਵੀ ਹੋ ਗਿਆ ਆਪਾਂ ਨੂੰ। ਪਰ ਇਹਨਾਂ ਨੂੰ ਵੀ ਹੱਕ ਆ ਵੀ ਜਿੱਥੇ ਜਗ੍ਹਾ ਉੱਥੇ ਸਾਈਡ ਦੇ ਦਿਉ, ਪਿੱਛੇ ਆਪਣੇ ਦੋ ਤਿੰਨ ਥਾਂ 'ਤੇ ਜਗ੍ਹਾ ਹੈਗੀ ਹੈ ਗੱਡੀ ਨੂੰ ਸਾਈਡ ਦੇਣ ਵਾਸਤੇ, ਪਰ ਇਹ ਨਹੀਂ ਰੋਕਦੇ। ਆਹ ਇੱਥੇ ਬੰਦੇ ਖੜ੍ਹੇ ਨੇ ਦੇਖੋ, ਸਾਰੇ ਨੂੰ ਸਾਈਡ 'ਤੇ ਲੱਗਦਾ, ਪਿੱਛੇ ਵੀ ਆਪਣੇ ਗੱਡੀਆਂ ਮੋਟਰਸਾਈਕਲ ਖੜ੍ਹੇ ਨੇ, ਇੱਕ ਤਾਂ ਹੱਦ ਤੋਂ ਵੱਧ ਭਰ ਲੈਂਦੇ ਨੇ ਇਹਨਾਂ ਦੇ। ਪਿੱਛੇ ਵੀ ਦੇਖਿਓ ਤੁਸੀਂ ਵੀ ਕਿੰਨੀ ਟ੍ਰੈਫਿਕ ਆ ਰਹੀ ਹੈ, ਦੇਖੋ ਕਿੰਨੀ ਲੰਬਾਈ ਵੀ ਬਹੁਤ ਕਰ ਲਈ ਇਹਨਾਂ ਨੇ ਤਾਂ। ਦੇਖੋ ਪਿੱਛੇ ਦੇਖੋ ਕਿੰਨੇ ਦੁਨੀਆ ਪਰੇਸ਼ਾਨ ਹੋ ਰਹੀ ਹੈ। ਕਿਸੇ ਨੂੰ ਐਮਰਜੈਂਸੀ ਵੀ ਹੋ ਸਕਦੀ ਹੈ, ਕਿਸੇ ਦਾ ਮਰੀਜ਼ ਵੀ ਹੋ ਸਕਦਾ ਯਾਰ, ਇਹਨਾਂ ਨੂੰ ਸੋਚਣਾ ਚਾਹੀਦਾ ਯਾਰ ਕੁਛ ਨਾ ਕੁਛ ਤਾਂ। ਵਿੱਚ ਦੀ ਕਿਤੇ ਸਾਈਡ ਦੇ ਦਿਓ। ਪਹੁੰਚ ਗਏ ਜੀ ਆਪਾਂ ਹੋਮ ਸਵੀਟ ਹੋਮ। ਜਸ਼ਨ ਵੇਟ ਕਰ ਰਹੀ ਸੀ, ਥੈਂਕ ਯੂ। ਉਹ ਮਾਤਾ ਜੀ ਵੀ ਬਾਹਰ ਹੀ ਨੇ, ਤੇ ਇੱਧਰ ਸ਼ੇਰੂ ਵੀ ਕਰ ਰਿਹਾ ਵੀ ਆ ਜਾਓ। ਹੈਲੋ ਦੋਸਤਾ, ਬਸ 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 ਆਪਾਂ ਆ ਗਏ ਜੀ ਘਰ ਹੁਣ, ਤੇ ਬਾਕੀ ਦੇ ਕੰਮ ਕਰਾਂਗੇ ਆਪਾਂ ਕੱਲ ਨੂੰ। ਕਿ ਵਿਆਹ ਜਾਣਾ ਸੌਖਾ ਨਹੀਂ ਆ, ਦੇਖੋ ਰਾਤਾਂ ਨੂੰ ਪ੍ਰੈਸ ਕਰਨੀ ਪੈਂਦੀ ਹੈ। ਹੋਰ ਦੇਖ ਕੇ ਵਿਆਹ ਜਾਣਾ ਸੌਖਾ। ਹਾਂਜੀ, ਗੁੱਡ ਮਾਰਨਿੰਗ ਗਾਈਜ਼, ਅੱਜ ਵਲੌਗ ਨੂੰ ਫਿਰ ਆਪਾਂ ਕੰਟੀਨਿਊਸ ਕਰਦੇ ਹਾਂ, ਤੇ ਆਪਣਾ ਕੱਲ ਜਿਹੜਾ ਕੰਮ ਰਹਿ ਗਿਆ ਸੀ ਬੁਟੀਕ ਵਾਲਾ, ਅੱਜ ਆਪਾਂ ਉਹ ਕਰਦੇ ਹਾਂ, ਤੇ ਹੁਣ ਉਹ ਲੈਣ ਚੱਲੇ ਹਾਂ, ਤੇ ਤੁਸੀਂ ਬਣੇ ਰਹੋ ਵਲੌਗ 'ਚ। ਆਪਾਂ ਤੁਹਾਨੂੰ ਬੁਟੀਕ ਦਿਖਾਉਣੇ ਆ ਅੱਜ, ਬਹੁਤ ਬੈਸਟ ਬੁਟੀਕ ਹੈ, ਫਿਟਿੰਗ ਤੇ ਸਿਲਾਈ ਬਾਹਲਾ ਸਿਰ ਹੈ ਬਾਈ, ਤੁਹਾਨੂੰ ਦਿਖਾਉਣੇ ਆ, ਤੁਸੀਂ ਟਰਾਈ ਜ਼ਰੂਰ ਕਰਿਓ ਇੱਕ ਵਾਰੀ। ਹਾਂਜੀ, ਪਹੁੰਚ ਗਏ ਆਪਾਂ ਸੁਨਾਮ, ਇਹ ਹੈਗਾ ਜੀ ਊਧਮ ਸਿੰਘ ਵਾਲਾ ਸੁਨਾਮ, ਤੇ ਹੁਣ ਤੁਹਾਨੂੰ ਆਪਾਂ ਪ੍ਰੋਪਰ ਡਰੈਸ ਦਿਖਾਉਣੇ ਆ ਬੁਟੀਕ ਦਾ। ਇਹ ਆਪਾਂ ਆਪਣੇ ਪਿੰਡਾਂ ਵੱਲੋਂ ਹੀ ਆਇਆ, ਪਿੰਡਾਂ ਵਿੱਚ ਦੀ ਇੱਧਰ ਦੀ ਆ ਮੇਨ ਰੋਡ ਤਾਂ ਉੱਧਰ ਹੈ ਜੀ। ਇਹ ਆਪਾਂ ਜਾ ਰਹੇ ਹਾਂ ਇੱਧਰੋਂ ਭਾਈ ਮੁੜ ਵਾਲੀ ਸਾਈਡ, ਨੇੜੇ ਕਾਲਜ ਹੈ, ਫਾਟਕ ਲੱਗਿਆ ਹੋਇਆ, ਦੇਖਦੇ ਹੁਣ ਕਦੋਂ ਖੁੱਲਦਾ। ਆ ਗਈ ਜੀ ਟ੍ਰੇਨ, ਚਲੋ ਜਲਦੀ ਆ ਗਈ, ਮਾਲ ਗੱਡੀ ਹੈ ਨਾ, ਪਰ ਜਿਹੜਾ ਟ੍ਰੇਨ ਦੇ ਪਿੱਛੇ ਕਮਰਾ ਹੁੰਦਾ ਨਾ, ਇਹ ਵੀ ਬੰਦਾ ਨਜ਼ਾਰਾ ਲੈਂਦਾ ਹੋਣਾ ਨਾ। ਡਿਊਟੀ ਖੁੱਲ੍ਹ ਗਿਆ ਜੀ ਫਾਟਕ, ਬਹੁਤ ਟਾਈਮ ਬਾਅਦ ਖੁੱਲ੍ਹਿਆ ਟ੍ਰੇਨ ਲੰਘਣ ਤੋਂ ਬਾਅਦ। ਇਹ ਹੈਗਾ ਜੀ ਭਾਈ ਮੁਲ ਚੰਦ ਜੀ, ਅਤੇ ਇੱਧਰਲੀ ਸਾਈਡ ਤੋਂ ਜਦੋਂ ਆਪਾਂ, ਇਹ ਹੈਗਾ ਕਾਲਜ, ਸਰਕਾਰੀ ਕਾਲਜ ਆ ਊਧਮ ਸਿੰਘ, ਅਤੇ ਇੱਥੋਂ ਆਪਾਂ ਇੱਧਰਲੀ ਸਾਈਡ ਹੀ ਜਾਣਾ। ਸਾਹਮਣੇ ਬੋਰਡ ਦਿਸ ਜੂਗਾ ਨਿਊ ਕ੍ਰੀਏਸ਼ਨ ਦਾ, ਅਤੇ ਇਹ ਹੈ ਬੁਟੀਕ, ਇਹ ਹੈਗਾ ਬੁਟੀਕ, ਅਤੇ ਆਪਾਂ ਚੱਲਦੇ ਅੰਦਰ। ਹਾਂਜੀ, ਕੱਪੜੇ ਫੜ ਕੇ ਆਪਾਂ ਚੱਲ ਪਏ ਵਾਪਸ, ਅਤੇ ਅੰਦਰ ਦਾ ਤੁਹਾਨੂੰ ਪਤਾ ਆਪਾਂ ਪਰਸਨਲ ਬਣਾ ਨਹੀਂ ਸਕਦੇ ਕਿਸੇ ਦੇ, ਹੈ ਨਾ, ਉਹ ਆਪਾਂ ਸਪੈਸ਼ਲ ਕਿਸੇ ਦਿਨ ਬਣਾਵਾਂਗੇ ਜਿਸ ਦਿਨ ਜਸ਼ਨ ਨਾਲ ਹੋਊਗੀ, ਹੈ ਨਾ। ਇਕੱਲਿਆਂ ਨੂੰ ਤੁਹਾਨੂੰ ਪਤਾ ਫਿਰ ਔਖਾ ਹੁੰਦਾ ਲੇਡੀਜ਼ ਦੇ, ਉੱਥੇ ਜਾ ਕੇ ਜਿਸ ਦਿਨ ਜਸ਼ਨ ਨਾਲ ਹੋਊਗੀ ਤੁਹਾਨੂੰ ਪ੍ਰੋਪਰ ਦਿਖਾਵਾਂਗੇ ਸੂਟ ਵਗੈਰਾ, ਅਤੇ ਸਾਰਾ ਫਿਟਿੰਗ ਸਟਿਚਿੰਗ ਦਾ ਇਹਨਾਂ ਦਾ ਕੀ ਪ੍ਰੋਸੈਸ ਹੈ ਸਾਰਾ ਕੁਛ ਉਹ ਦਿਖਾਵਾਂਗੇ। ਅਤੇ ਹੁਣ ਆਪਾਂ ਸੂਟ ਲੈ ਲਏ ਅਤੇ ਚੱਲਦੇ ਹਾਂ ਵਾਪਸ ਪਿੰਡ ਹੀ, ਕਿਉਂਕਿ ਅੱਜ ਬਹੁਤ ਕੰਮ ਨੇ, ਤਿਆਰੀ ਕਰਨੀ ਆ ਕੱਲ੍ਹ ਦੀ ਆਪਾਂ ਨੇ। ਪਹੁੰਚ ਗਏ ਜੀ ਘਰਾੜ 'ਤੇ ਆਪਾਂ, ਅਤੇ ਇੱਕ ਆਪਣੇ ਟਾਇਰ 'ਚ ਹਵਾ ਘੱਟਦੀ ਹੈ, ਅਤੇ ਉਹ ਦਿਖਾਉਣੇ ਆਪਾਂ, ਪੈਂਚਰ ਤਾਂ ਨਹੀਂ, ਹਵਾ ਵਾਲੀ ਟੂਟੀ ਲੀਕ ਸੀਗੀ ਉਹ ਪਾਈ ਆ, ਚੇਂਜ ਕਰਤੀ ਹੁਣ, ਅਤੇ ਬਸ ਕਸ ਰਿਹਾ ਟਾਇਰ, ਫਿਰ ਆਪਾਂ ਚੱਲਦੇ ਹਾਂ ਘਰ।
ਪਹੁੰਚ ਗਏ ਜੀ ਘਰ ਆਪਾਂ, ਤੇ ਬਾਕੀ ਹੁਣ ਬੁਟੀਕ ਬਾਰੇ ਜਸ਼ਨ ਦੱਸੂਗੀ ਤੁਹਾਨੂੰ ਸਾਰਾ ਕੁਛ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਅਸੀਂ ਤੁਹਾਨੂੰ ਬੁਟੀਕ ਬਾਰੇ ਦੱਸ ਰਹੇ ਹਾਂ ਜੀ, ਜਿਨ੍ਹਾਂ ਤੋਂ ਅਸੀਂ ਸੂਟ ਸਟਿਚ ਕਰਾਉਂਦੇ ਹਾਂ। ਬਹੁਤ ਵਧੀਆ ਬੁਟੀਕ ਨੇ ਉਹ, ਨੇਚਰ ਵਾਈਜ਼ ਵੀ ਬਹੁਤ ਵਧੀਆ ਨੇ, ਸੂਟ ਵੀ ਸਾਡੇ ਬਹੁਤ ਵਧੀਆ ਸਟਿਚ ਕੀਤੇ ਨੇ ਉਹਨਾਂ ਨੇ। ਵੈਸੇ ਮੈਂ ਨਾ ਬਹੁਤ ਬੁਟੀਕ ਤੇ ਗਈ ਹਾਂ, ਮੈਨੂੰ ਐਵੇਂ ਦੇ ਨਹੀਂ ਕੋਈ ਮਿਲੇ ਅੱਗੇ, ਇਹ ਵਾਲੇ ਬਹੁਤ ਵਧੀਆ ਲੱਗੇ ਨੇ ਕਿਉਂਕਿ ਨੇਚਰ ਵਾਈਜ਼ ਵੀ ਵਧੀਆ ਨੇ। ਵੈਸੇ ਵੀ ਆਪਣਾ ਜਿੰਨੀ ਵੀ ਉਹਨਾਂ ਨੇ ਡੇਟ ਦਿੱਤੀ ਸੀ ਉਸ ਤੋਂ ਇੱਕ ਦਿਨ ਪਹਿਲਾਂ ਹੀ ਸਾਡੇ ਸੂਟ ਰੈਡੀ ਕਰਤੇ ਸੀਗੇ, ਤੇ ਸੂਟ ਵੀ ਇੰਨੇ ਵਧੀਆ ਸਟਿਚ ਕੀਤੇ ਨੇ ਕਿ ਉਹਨਾਂ ਨੂੰ ਵਿਜ਼ਿਟ ਕਰੋ, ਉਹਨਾਂ ਦੀ ਸਟਿਚਿੰਗ ਬਹੁਤ ਵਧੀਆ ਮੈਨੂੰ। ਪਰ ਉਹ ਨਾ ਐਵੇਂ ਵੀ ਸੂਟ ਰੈਡੀ ਵੀ ਕਰਵਾਉਂਦੇ ਨੇ ਬਹੁਤ ਵਧੀਆ ਰੇਟਾਂ ਤੇ, ਪਰ ਜਿਵੇਂ ਵੀ ਆਪਾਂ ਨੂੰ ਚਾਹੀਦਾ ਉਵੇਂ ਦਾ ਹੀ ਰੈਡੀ ਕਰਵਾ ਦਿੰਦੇ ਨੇ। ਹਾਂਜੀ ਇਹ ਵਾਲਾ ਸੂਟ ਜਿਹੜਾ ਕੁਛ ਪਾਇਆ ਹੋਇਆ ਨਾ ਉਹਨਾਂ ਨੇ ਸਟਿਚ ਕੀਤਾ, ਬਾਕੀ ਖੁਸ਼ਮਨ ਦੱਸਦੀ ਹੈ ਵੀ ਕਿਵੇਂ ਦਾ। ਇਹ ਬਹੁਤ ਵਧੀਆ ਇਹਨਾਂ ਦੀ ਫਿਟਿੰਗ ਹੈਗੀ, ਮਤਲਬ ਪੂਰੇ ਵਧੀਆ ਸੂਟ ਇਹਨਾਂ ਨੇ ਬਣਾ ਕੇ ਦਿੱਤੇ ਨੇ ਵੀ ਕੋਈ ਵੀ ਕਮੀ ਪੇਸ਼ੀ ਨਹੀਂ ਹੈਗੀ ਸੂਟ 'ਚ। ਤੇ ਤੁਸੀਂ ਇਹਨੂੰ ਜ਼ਰੂਰ ਵਿਜ਼ਿਟ ਕਰੋ ਉਹਨਾਂ ਦੀ ਸ਼ੋਪ ਤੇ, ਉਹ ਸੂਟ ਵੀ ਤਿਆਰ ਕਰਾਉਂਦੇ ਨੇ ਆਰਡਰ ਤੇ, ਮਤਲਬ ਪੂਰੀ ਕਢਾਈ ਕਰਾ ਦਿੰਦੇ ਨੇ ਤੇ ਜੈਨੂਅਨ ਪ੍ਰਾਈਸ ਤੇ ਵਧੀਆ ਕਢਾਈ ਕਰਾ ਕੇ ਦਿੰਦੇ ਨੇ ਉਹ, ਜਿਵੇਂ ਦੀ ਆਪਾਂ ਨੂੰ ਚਾਹੀਦੀ ਹੈ, ਕਿਉਂਕਿ ਕਈ ਬੁਟੀਕ ਐਵੇਂ ਹੁੰਦੇ ਨੇ ਵੀ ਜਿਵੇਂ ਦੀ ਆਪਾਂ ਨੂੰ ਚਾਹੀਦੀ ਹੈ ਉਵੇਂ ਦੀ ਕਰਕੇ ਨਹੀਂ ਦਿੰਦੇ, ਪ੍ਰਾਈਜ਼ ਬਹੁਤ ਜ਼ਿਆਦਾ ਲੈ ਲੈਂਦੇ ਨੇ ਉਹ ਕਢਾਈ ਦੇ ਸਿੰਪਲ ਜੀ ਦੇ, ਤਾਂ ਬਹੁਤ ਵਧੀਆ ਕਰਾ ਕੇ ਦਿੰਦੇ ਨੇ ਤਿਆਰ। ਤੇ ਸੂਟ ਦੀ ਸਟਿਚਿੰਗ ਵੀ ਜਿਵੇਂ ਤੁਸੀਂ ਦੇਖ ਸਕਦੇ ਹੋ ਮੈਂ ਪਾਇਆ, ਤੇ ਇੰਨਾ ਵਧੀਆ ਸੂਟ ਫਿੱਟ ਹੈ, ਫਿਟਿੰਗ ਹੈ, ਕੋਈ ਕਿਤੋਂ ਲੂਜ਼ ਨਹੀਂ ਹੈਗਾ, ਤਾਂ ਪੂਰਾ ਵਧੀਆ ਆਪਾਂ ਕਹਿ ਸਕਦੇ ਹਾਂ ਵੀ ਕੋਈ ਕਮੀ ਨਹੀਂ ਹੈ ਸੂਟ 'ਚ। ਥੈਂਕ ਯੂ, ਸ਼ੋਪ ਤੇ ਜ਼ਰੂਰ ਵਿਜ਼ਿਟ ਵੀ ਕਰਿਓ। ਉਮੀਦ ਕਰਦੇ ਹਾਂ ਕਿ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਿਆ, ਜੇ ਵਧੀਆ ਲੱਗਿਆ ਤਾਂ ਲਾਈਕ ਕਰਿਓ, ਕਮੈਂਟ ਕਰਿਓ ਤੇ ਸ਼ੇਅਰ ਕਰਿਓ, ਤੇ ਜੇ ਨਵੇਂ ਹੋ ਚੈਨਲ 'ਤੇ ਤਾਂ ਸਬਸਕ੍ਰਾਈਬ ਕਰਿਓ, ਤੇ ਬੁਟੀਕ 'ਤੇ ਵੀ ਜਿਹੜੀ ਤੁਸੀਂ ਅਸੀਂ ਤੁਹਾਨੂੰ ਰਿਕਮੈਂਡ ਕੀਤੀ ਹੈ ਜ਼ਰੂਰ ਵਿਜ਼ਿਟ ਕਰਿਓ। ਥੈਂਕਸ ਫੋਰ ਵਾਚਿੰਗ, ਬਾਏ ਬਾਏ।